ਬ੍ਰੈਂਪਟਨ ਸਪ੍ਰਿੰਗਡੇਲ ਤੋਂ ਐਮਪੀਪੀ ਹਰਿੰਦਰ ਮਾਲੀ ਨੇ ਸੌਕਰ ਸੈਂਟਰ ਵਿੱਚ ਆਪਣੀ ਤੀਜੀ ਸਾਲਾਨਾ ਬਾਰਬੀਕਿਊ ਅਤੇ ਸਰਵਿਸਿਜ਼ ਫੇਅਰ ਇਵੈਂਟ ਦਾ ਪ੍ਰਬੰਧ ਕੀਤਾ। ਇਸ ਇਵੈਂਟ ਵਿੱਚ ਲੋਕਾਂ ਨੂੰ ਲੋਕਲ ਆਰਗੇਨਾਈਜੇਸ਼ਨਸ ਦੀ ਭਰਪੂਰ ਜਾਣਕਾਰੀ ਵੀ ਮੁਹੱਈਆ ਕਰਵਾਈ ਗਈ ਅਤੇ ਫਿਰ ਇਸ ਮੌਕੇ ਲੋਕਾਂ ਨੇ ਫ੍ਰੀ ਫੂਡ, ਡਰਿੰਕਸ ਅਤੇ ਫੈਮਿਲੀ ਫਨ ਨੂੰ ਬੇਹੱਦ ਇੰਜੋਏ ਵੀ ਕੀਤਾ। ਬ੍ਰੈਂਪਟਨ ਸਪ੍ਰਿੰਗਡੇਲ ਤੋਂ ਮੈਂਬਰ ਆਫ ਪ੍ਰੋਵਿੰਸ਼ੀਅਲ ਪਾਰਲੀਮੈਂਟ ਹਰਿੰਦਰ ਮੱਲੀ ਨੇ ਬ੍ਰੈਂਪਟਨ ਵਿੱਚ ਆਪਣਾ 3rd ਐਨੂਅਲ ਪਬਲਿਕ ਸਰਵਿਸ ਫੇਅਰ ਅਤੇ ਫੈਮਿਲੀ ਬਾਰਬੀਕਿਊ ਦਾ ਆਯੋਜਨ ਕੀਤਾ। ਇਸ ਵਿੱਚ ਵੱਖ ਵੱਖ ਆਰਗੇਨਾਈਜੇਸ਼ਨਸ ਵੀ ਸ਼ਾਮਿਲ ਹੋਈਆਂ ਤਾਂ ਜੋ ਇੱਕੋ ਹੀ ਪਲੇਟਫਾਰਮ ਤੇ ਲੋਕਾਂ ਨੂੰ ਵੱਖ ਵੱਖ ਜਾਣਕਾਰੀ ਮੁਹੱਈਆ ਕਰਵਾਈ ਜਾ ਸਕੇ। ਇਸ ਓਪਨ ਇਵੈਂਟ ਦੌਰਾਨ ਪਹੁੰਚੇ ਲੋਕਾਂ ਦਾ ਐਮਪੀਪੀ ਹਰਿੰਦਰ ਮੱਲੀ ਨੇ ਤਹਿ ਦਿਲੋਂ ਧੰਨਵਾਦ ਕੀਤਾ। I want to thank everybody for participating in our 3rd annual public service fair as well as our family barbecue. As your member of provincial parliament, it's my pleasure to be able to host events like this and support our community in its many needs. Thank you for being here today and I hope that you enjoy the day. ਇਹਦਾ ਮੇਨ ਮਕਸਦ ਹੈਗਾ ਕਿ ਜਿਹੜੀ ਆਪਣੀ ਕਮਿਊਨਿਟੀ ਆ ਉਹਨੂੰ ਜਥੇਬੰਦ ਕੀਤਾ ਜਾਵੇ। ਸੋ ਜਿਹੜਾ ਬ੍ਰੈਂਪਟਨ ਸਪ੍ਰਿੰਗਡੇਲ ਨੈਟਵਰਕ ਆ ਇਹ ਆਪਣੇ ਬ੍ਰੈਂਪਟਨ ਸਪ੍ਰਿੰਗਡੇਲ ਦੇ ਵਿੱਚ ਆ। ਇੱਥੇ ਅਪਰੋਕਸੀਮੇਟਲੀ 30 ਤੋਂ ਵੱਧ ਜਿਹੜੀਆਂ ਸਮਾਜਿਕ ਸੇਵਾਵਾਂ ਹਨ, ਜਿਹੜੀਆਂ ਸੰਸਥਾਵਾਂ ਸਮਾਜਿਕ ਸੇਵਾਵਾਂ ਪ੍ਰਦਾਨ ਕਰਦੀਆਂ ਹਨ, ਉਹਨਾਂ ਦਾ ਇੱਕ ਇਹ ਗੱਠਜੋੜ ਆ। ਅਤੇ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਆਪਣੀ ਪੰਜਾਬੀ ਅਤੇ ਹੋਰ ਜਿਹੜੀਆਂ ਕਮਿਊਨਿਟੀਜ਼ ਆ ਉਹ ਸਾਰੀਆਂ ਜਿਹੜੀਆਂ ਆ ਕੇ ਬ੍ਰੈਂਪਟਨ ਸਪ੍ਰਿੰਗਡੇਲ ਨੂੰ ਇੱਕ ਬਹੁਤ ਵਧੀਆ ਨੇਬਰਹੁੱਡ ਬਣਾਉਣ। ਮੈਂ ਪਾਕਿਸਤਾਨੀ ਕਮਿਊਨਿਟੀ ਨੂੰ ਰਿਪ੍ਰੈਜ਼ੈਂਟ ਕਰ ਰਹੀ ਹਾਂ ਅਤੇ ਹਰਵਿੰਦਰ ਜੀ ਨੇ ਬਹੁਤ ਅੱਛੇ ਪ੍ਰੋਗਰਾਮ ਦਾ ਇਨਕਾਦ ਕੀਤਾ। ਮੈਂ ਉਹਨਾਂ ਦਾ ਬਹੁਤ ਦਿਲੀ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਸਾਨੂੰ ਸਭ ਲੋਕਾਂ ਨੂੰ ਇਨਵਾਈਟ ਕੀਤਾ ਔਰ ਉਹ ਬਹੁਤ ਅੱਛਾ ਕੰਮ ਕਰ ਰਹੇ ਨੇ ਅਤੇ ਇਨਸ਼ਾਅੱਲਾ ਮਜ਼ੀਦ ਵੀ ਕਰਨਗੇ। ਅਸੀਂ ਸਾਰੇ ਉਹਨਾਂ ਦੇ ਨਾਲ ਹਾਂ। ਅਸੀਂ ਲਾਡਲੀਆਂ ਸੈਲੀਬ੍ਰੇਟਿੰਗ ਡਾਟਰਸ ਔਰਗਨਾਈਜੇਸ਼ਨ ਸ਼ੁਰੂ ਕੀਤੀ ਹੈ ਬ੍ਰੈਂਪਟਨ ਦੇ ਵਿੱਚ। ਅਸੀਂ ਅਵੇਅਰਨੈਸ ਰੇਸ ਕਰਦੇ ਹਾਂ ਕੁੜੀਆਂ ਦੇ ਹੱਕ ਲਈ, ਜੈਂਡਰ ਇਕੁਆਲਿਟੀ ਲਈ। ਸਾਡਾ ਮਿਸ਼ਨ ਆ ਕਿ ਅਸੀਂ ਇਹੋ ਜਿਹੀ ਕਮਿਊਨਿਟੀ ਦੇ ਵਿੱਚ ਰਹੀਏ ਜਿਹ 'ਚ ਮੁੰਡਿਆਂ ਨਾਲੇ ਕੁੜੀਆਂ ਨੂੰ ਇਕੁਅਲ ਹੱਕ ਮਿਲਣ, ਇਕੁਅਲ ਓਪਰਚੁਨਿਟੀਜ਼ ਮਿਲਣ। ਅਤੇ ਅਸੀਂ ਐਵਰੀ ਮੰਥ ਇੱਕ ਵਰਕਸ਼ਾਪ ਕਰਦੇ ਹਾਂ ਫੈਮਲੀਜ਼ ਲਈ। ਇਸ ਮੌਕੇ ਬ੍ਰੈਂਪਟਨ ਸਾਊਥ ਤੋਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਵੀ ਖਾਸ ਤੌਰ 'ਤੇ ਸ਼ਿਰਕਤ ਕੀਤੀ। ਕਮਿਊਨਿਟੀ ਲਈ ਬਹੁਤ ਜ਼ਰੂਰੀ ਹੈ ਕਿ ਡਿਫਰੈਂਟ ਡਿਫਰੈਂਟ ਆਰਗਨਾਈਜੇਸ਼ਨ ਆਪਣੇ ਇਵੈਂਟਸ ਬਾਰੇ ਆਪਣੇ ਬਾਰੇ ਦੱਸਦੀਆਂ, ਜਿਵੇਂ ਕਿ ਡਾਇਬੀਟੀਜ਼ ਕੈਨੇਡਾ, PCH, ਹੋਰ ਵੀ ਤੁਸੀਂ ਦੇਖੋ ਜਿਵੇਂ ਕਿ ਪੈਟ ਥੈਰੇਪੀ। ਦੇਰ ਸੋ ਮੈਨੀ ਆਰਗਨਾਈਜੇਸ਼ਨ, ਦੇ ਕੈਨ ਗਿਵ ਇੰਟਰੋਡਕਸ਼ਨ ਐਂਡ ਜਿਹੜੀਆਂ ਜਿਹੜੀਆਂ ਉਹ ਸਰਵਿਸਿਜ਼ ਪ੍ਰੋਵਾਈਡ ਕਰਦੇ ਹੈਗੇ ਆ ਉਹਨਾਂ ਬਾਰੇ ਉਹ ਦੱਸਦੇ ਆ, ਅਤੇ ਕਮਿਊਨਿਟੀ ਵੀ ਆ ਰਹੀ ਹੈਗੀ ਆ ਅਤੇ ਆਪਣੀ ਪੂਰੀ ਇਨਫੋਰਮੇਸ਼ਨ ਸੈਸ਼ਨ। ਇਹ ਬਹੁਤ ਜ਼ਰੂਰੀ ਹੋ ਜਾਂਦਾ ਕਮਿਊਨਿਟੀ ਵਾਸਤੇ ਕਿ ਇਨਫੋ ਸੈਸ਼ਨ ਕਿ ਉਹ ਉਹਨਾਂ ਦੀ ਕੀ ਸਰਵਿਸਿਜ਼ ਆ। ਦਿਸ ਇਜ਼ ਦ ਬੈਸਟ ਟਾਈਮ। ਸੋ ਹੋਰ ਵੀ ਲੋਕਾਂ ਨੂੰ ਇਨਫੋਰਮੇਸ਼ਨ ਲੈਣੀ ਚਾਹੀਦੀ ਹੈ ਸਾਰੇ ਕੀ ਔਰਗਨਾਈਜੇਸ਼ਨ ਦੀਆਂ ਕੀ ਸਰਵਿਸਿਜ਼ ਹੈਗੀਆਂ, ਅਤੇ ਬਹੁਤ ਹੀ ਚੰਗੀ ਗੱਲ ਹੈਗੀ ਹੈ ਕਿ ਕਮਿਊਨਿਟੀ ਵੱਧ ਚੜ੍ਹ ਕੇ ਹਿੱਸਾ ਵੀ ਲੈ ਰਹੀ ਹੈ, ਹੋਰ ਮੋਰ ਅਵੇਅਰਨੈਸ ਹੋ ਰਹੀ ਹੈ ਸਾਰੇ ਪਾਸੇ। ਜ਼ਿਕਰਯੋਗ ਹੈ ਕਿ ਇਸ ਇਵੈਂਟ ਦਾ ਮਕਸਦ ਸੀ ਲੋਕਾਂ ਨੂੰ ਮਿਲ ਕੇ ਉਹਨਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਬਾਰੇ ਜਾਣਨਾ ਅਤੇ ਉਹਨਾਂ ਨੂੰ ਸਹਿਯੋਗ ਦੇਣਾ। ਜਸਲੀਨ ਕਾਗਰਾ, PDC ਨਿਊਜ਼, ਬ੍ਰੈਂਪਟਨ, ਕੈਨੇਡਾ।